ਸ਼ਿਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਬਰਾੜ ਕਿਚਨ ਰੈਸਪੀ ਚ ਕਿਵੇਂ ਹੋ ਸਾਰੇ ਉਮੀਦ ਕਰਦੇ ਤੁਸੀਂ ਸਭ ਠੀਕ ਠਾਕ ਹੋਵੋਗੇ ਤੇ ਆਓ ਆਪਾਂ ਅੱਜ ਦੀ ਵੀਡੀਓ ਕਰਦੇ ਹਾਂ ਸ਼ੁਰੂ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਅਦਰਕ ਦਾ ਚਾਰ ਬਹੁਤ ਹੀ ਅਲੱਗ ਤਰੀਕੇ ਨਾਲ ਬਣਾਵਾਂਗੇ ਚਾਰ ਤਾਂ ਤੁਸੀਂ ਪਹਿਲਾਂ ਵੀ ਕਾਫੀ ਵਾਰ ਬਣਾਇਆ ਹੋਣਾ ਆਪਣੇ ਘਰ ਵਿੱਚ ਪਰ ਜਿਸ ਤਰ੍ਹਾਂ ਅੱਜ ਤੁਹਾਨੂੰ ਅਸੀਂ ਬਣਾ ਕੇ ਦੱਸਣ ਲੱਗੇ ਆ ਉਸੇ ਤਰ੍ਹਾਂ ਜ਼ਰੂਰ ਟਰਾਈ ਕਰਿਓ ਤੇ ਆਈ ਥਿੰਕ ਉਹ ਤੁਹਾਨੂੰ ਬਹੁਤ ਵਧੀਆ ਲੱਗੂਗਾ ਅਦਰਕ ਦਾ ਚਾਰ ਬਣਾਉਣ ਵਾਸਤੇ ਅਸੀਂ ਲਿਆ 1/2 ਕਿਲੋ ਅਦਰਕ ਇਹਦੇ ਵਿੱਚ ਪਾਵਾਂਗੇ ਅਸੀਂ ਥੋੜੇ ਜਿਹੇ ਮਸਾਲੇ 1 ਚਮਚਾ ਸੌਂਫ ਦਾ 1 ਚਮਚਾ ਜਵੈਣ ਦਾ 1 ਚਮਚਾ ਜੀਰੇ ਦਾ ਤੇ ਥੋੜੀਆਂ ਕਾਲੀਆਂ ਮਿਰਚਾਂ ਤੇ ਲੌਂਗ ਆ 1 ਚਮਚਾ ਹੀ ਅਸੀਂ ਲਈਏ ਸਰੋਂ ਤੇ 1/2 ਚਮਚਾ ਅਸੀਂ ਲਈਏ ਕਲੌਂਜੀ ਤੇ 1 ਚਮਚਾ ਲਏ ਅਸੀਂ ਸਾਬਤ ਮੇਥੇ ਇਹਨਾਂ ਸਾਰੇ ਮਸਾਲੇ ਨੂੰ ਪਹਿਲਾਂ ਅਸੀਂ ਭੁੰਨ ਲਾਂਗੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਕਰਾਂਗੇ ਗ੍ਰੈਂਡ ਜੇ ਤੁਸੀਂ ਇਸੇ ਤਰ੍ਹਾਂ ਵੀ ਇਹਨਾਂ ਮਸਾਲਿਆਂ ਨੂੰ ਸਾਬਤ ਤੇ ਵੀ ਪਾਉਣੇ ਚਾਹੁੰਦੇ ਹੋ ਚਾਰ 'ਚ ਤੇ ਸਾਬਤ ਤੇ ਵੀ ਪਾ ਸਕਦੇ ਹੋ ਪਰ ਜਦੋਂ ਅਸੀਂ ਚਾਰ ਖਾਣੇ ਆ ਜੇ ਸਾਬਤ ਤੇ ਮਸਾਲੇ ਹੋਣਗੇ ਤਾਂ ਇੱਕ ਸਾਈਡ ਤੇ ਪਏ ਰਹਿੰਦੇ ਆ ਤੇ ਜੇ ਅਸੀਂ ਇਹਨਾਂ ਨੂੰ ਗ੍ਰੈਂਡ ਕਰਕੇ ਪਾਵਾਂਗੇ ਚਾਰ 'ਚ ਤੇ ਜਦੋਂ ਅਸੀਂ ਚਾਰ ਖਾਣੇ ਆ ਇਹ ਮਸਾਲੇ ਨਾਲ ਹੀ ਖਾਦੇ ਜਾਂਦੇ ਆ ਤੇ ਟੇਸਟ ਵੀ ਚਾਰ ਦਾ ਬਹੁਤ ਵਧੀਆ ਆਉਂਦਾ ਏ ਤੇ ਆਓ ਹੁਣ ਅਸੀਂ ਸਭ ਤੋਂ ਪਹਿਲੇ ਜਿਹੜੇ ਮਸਾਲੇ ਇਹਨਾਂ ਨੂੰ ਭੁੰਨ ਕੇ ਗ੍ਰੈਂਡ ਕਰ ਲਾਂਗੇ ਅਸੀਂ ਇੱਕ ਕੜਾਈ ਲੈ ਲੈਣੀ ਹੈ ਮਸਾਲੇ ਭੁੰਨਣ ਵਾਸਤੇ ਤੇ ਉਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਪਾਵਾਂਗੇ ਸੌਂਫ ਮੇਥੇ ਜਵੈਣ ਤੇ ਕਲੌਂਜੀ 1 ਚਮਚਾ ਸਰੋਂ ਦਾ ਲਿਆ ਸੀ ਕਾਲੀਆਂ ਮਿਰਚਾਂ ਲੌਂਗ ਤੇ ਜੀਰਾ ਤੇ ਇਹਨਾਂ ਸਾਰੇ ਮਸਾਲਿਆਂ ਨੂੰ ਪਾ ਕੇ ਅਸੀਂ ਥੋੜਾ ਜਿਹਾ ਭੁੰਨ ਲੈਣਾ ਹੈ ਇਹ ਮਸਾਲੇ ਤੁਸੀਂ ਆਪਦੇ ਚਾਰ ਦੇ ਹਿਸਾਬ ਨਾਲ ਵੱਧ ਘੱਟ ਵੀ ਕਰ ਸਕਦੇ ਹੋ ਜਦੋਂ ਇਹ ਮਸਾਲੇ ਭੁੱਜਣੇ ਸ਼ੁਰੂ ਹੋ ਜਾਂਦੇ ਆ ਇਹਨਾਂ ਵਿੱਚੋਂ ਬਹੁਤ ਵਧੀਆ ਸਮੈਲ ਆਉਣ ਲੱਗ ਜਾਂਦੀ ਆ ਤੇ ਉਦੋਂ ਅਸੀਂ ਗੈਸ ਬੰਦ ਕਰ ਦੇਣਾ ਪਰ ਇਹਨਾਂ ਨੂੰ ਲਗਾਤਾਰ ਹਿਲਾਉਂਦੇ ਰਹਿਣਾ ਹੈ ਤੇ ਜਾਂ ਅਸੀਂ ਇਹਨਾਂ ਨੂੰ ਕੜਾਈ 'ਚੋਂ ਬਾਹਰ ਕੱਢ ਲੈਣਾ ਜੇ ਅਸੀਂ ਇਸੇ ਤਰ੍ਹਾਂ ਹੀ ਗਰਮ ਕੜਾਈ ਦੇ ਵਿੱਚ ਇਹਨਾਂ ਨੂੰ ਪਏ ਰਹਿਣ ਤਾਂ ਤੇ ਸੜ ਜਾਣਗੇ ਮਸਾਲੇ ਲਓ ਜੀ ਸਰੋਂ ਤੜਕਣ ਲੱਗ ਗਈ ਆ ਤੇ ਹੁਣ ਅਸੀਂ ਗੈਸ ਬੰਦ ਕਰ ਦਿੰਨੇ ਆ ਤੇ ਹੁਣ ਅਸੀਂ ਇਹਨਾਂ ਨੂੰ ਇੱਕ ਭਾਂਡੇ 'ਚ ਕੱਢ ਲੈਣਾ ਮਸਾਲਿਆਂ ਨੂੰ ਸਮੈਲ ਵੀ ਬਹੁਤ ਵਧੀਆ ਆਉਣ ਲੱਗ ਗਈ ਆ ਜਿਹੜੇ ਅਸੀਂ ਮਸਾਲੇ ਭੁੰਨੇ ਸੀ ਉਹ ਥੋੜੇ ਠੰਡੇ ਹੋ ਗਏ ਆ ਤੇ ਆਓ ਹੁਣ ਅਸੀਂ ਉਹਨਾਂ ਨੂੰ ਗ੍ਰੈਂਡ ਕਰਦੇ ਆ ਗ੍ਰੈਂਡ ਕਰਨ ਵਾਸਤੇ ਅਸੀਂ ਇਹਨਾਂ ਨੂੰ ਪਾਵਾਂਗੇ ਇੱਕ ਮਿਕਸੀ ਜਾਰ ਵਿੱਚ ਲਓ ਜੀ ਮਸਾਲੇ ਅਸੀਂ ਗ੍ਰੈਂਡ ਕਰ ਲਏ ਆ ਹੁਣ ਅਸੀਂ ਅਦਰਕ ਛਿੜਦੇ ਆ ਅਦਰਕ ਅਸੀਂ ਛਿੜ ਲਿਆ ਤੇ ਹੁਣ ਅਸੀਂ ਇਹਨੂੰ ਕੱਟਾਂਗੇ ਉਹ ਤੁਸੀਂ ਆਪਦੀ ਮਰਜ਼ੀ ਨਾਲ ਮੋਟੇ ਪਤਲੇ ਪੀਸ ਜਿਵੇਂ ਕਰਨੇ ਕਰ ਸਕਦੇ ਹੋ ਅਸੀਂ ਇਹਦੇ ਨਾ ਤਾਂ ਜ਼ਿਆਦਾ ਮੋਟੇ ਪੀਸ ਕਰਨੇ ਤੇ ਨਾ ਹੀ ਜ਼ਿਆਦਾ ਪਤਲੇ ਕਰਨੇ ਆ ਮੀਡੀਅਮ ਜੇ ਕਰਾਂਗੇ ਅਦਰਕ ਅਸੀਂ ਕੱਟ ਲਿਆ ਸਾਰਾ ਤੇ ਆਓ ਹੁਣ ਅਸੀਂ ਚਾਰ ਬਣਾਉਣਾ ਕਰਦੇ ਸ਼ੁਰੂ ਅਦਰਕ ਨੂੰ ਭੁੰਨਣ ਵਾਸਤੇ ਅਸੀਂ ਇੱਕ ਕੜਾਈ ਲਵਾਂਗੇ ਤੇ ਥੱਲੇ ਅਸੀਂ ਗੈਸ ਬਾਲ ਲਿਆ ਹੈ ਤੇ ਇਹਦੇ ਵਿੱਚ ਅਸੀਂ ਪਾਵਾਂਗੇ ਇੱਕ ਕੜਛੀ ਸਰੋਂ ਦੇ ਤੇਲ ਦੀ ਤੇਲ ਤੁਸੀਂ ਆਪਦੇ ਚਾਰ ਦੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹੋ ਜੇ ਤੁਸੀਂ ਜ਼ਿਆਦਾ ਚਾਰ ਪਾਉਣਾ ਤਾਂ ਤੇਲ ਵੀ ਜ਼ਿਆਦਾ ਲੈਣਾ ਹੈ ਅਸੀਂ 1/2 ਕਿਲੋ ਅਦਰਕ ਲਿਆ ਤੇ ਇਸੇ ਕਰਕੇ ਅਸੀਂ ਇੱਕ ਕੜਛੀ ਸਰੋਂ ਦੇ ਤੇਲ ਦੀ ਪਾਵਾਂਗੇ ਤੇਲ ਨੂੰ ਅਸੀਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਹੈ ਉਸ ਤੋਂ ਬਾਅਦ ਥੋੜ੍ਹਾ ਜਿਹਾ ਠੰਡਾ ਕਰਕੇ ਫਿਰ ਇਹਦੇ ਵਿੱਚ ਪਾਵਾਂਗੇ ਜਿਹੜਾ ਅਸੀਂ ਸਮਾਨ ਪਾਉਣਾ ਹੈ ਉਹ ਤੁਹਾਨੂੰ ਨਾਲ ਦੀ ਨਾਲ ਦੱਸਾਂਗੇ ਤੁਸੀਂ ਦੇਖ ਸਕਦੇ ਹੋ ਤੇਲ ਪੂਰੀ ਤਰ੍ਹਾਂ ਗਰਮ ਹੋ ਗਿਆ ਵਿੱਚੋਂ ਭਾਫਾ ਨਿਕਲਣ ਲੱਗ ਗਿਆ ਹੈ ਤੇ ਹੁਣ ਅਸੀਂ ਗੈਸ ਬੰਦ ਕਰ ਦਿੰਨੇ ਆ ਇਹਨੂੰ ਥੋੜ੍ਹਾ ਜਿਹਾ ਠੰਡਾ ਕਰਾਂਗੇ ਉਸ ਤੋਂ ਬਾਅਦ ਅਸੀਂ ਫੇਰ ਗੈਸ ਬਾਲਾਂਗੇ ਤੇਲ ਅਸੀਂ ਥੋੜ੍ਹਾ ਜਿਹਾ ਠੰਡਾ ਕਰ ਲਿਆ ਇਹਦੇ ਥੱਲੇ ਅਸੀਂ ਹੁਣ ਗੈਸ ਬਾਲਤਾ ਇਹਦੇ ਵਿੱਚ ਅਸੀਂ ਪਾਵਾਂਗੇ 1/2 ਚਮਚਾ ਹਲਦੀ ਦਾ ਤੇ ਨਾਲ ਹੀ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਜਿਹੜੇ ਅਸੀਂ ਅਦਰਕ ਦੇ ਪੀਸ ਕਰਕੇ ਰੱਖੇ ਸੀ ਇਹਨੂੰ ਅਸੀਂ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਲੈਣਾ ਗੈਸ ਅਸੀਂ ਘੱਟ ਤੇ ਰੱਖਣਾ ਤੇ 2-3 ਮਿੰਟ ਤੱਕ ਅਸੀਂ ਇਹਨੂੰ ਭੁੰਨ ਲਾਂਗੇ ਜਦੋਂ 2 ਮਿੰਟ ਹੋ ਗਏ ਸਾਨੂੰ ਅਦਰਕ ਭੁੰਨਦਿਆਂ ਨੂੰ ਉਸ ਤੋਂ ਬਾਅਦ ਅਸੀਂ ਗੈਸ ਥੋੜ੍ਹਾ ਜਿਹਾ ਤੇਜ਼ ਕਰ ਲੈਣਾ ਹੈ ਅਚਾਰ 1/2 ਪੱਕ ਗਿਆ ਤੇ ਹੁਣ ਅਸੀਂ ਗੈਸ ਘੱਟ ਤੇ ਕਰ ਦਿੰਨੇ ਆ ਤੇ ਜਿਹੜੇ ਅਸੀਂ ਮਸਾਲੇ ਗ੍ਰੈਂਡ ਕੀਤੇ ਸੀਗੇ ਉਹ ਪਾਵਾਂਗੇ ਇਹਦੇ ਵਿੱਚ
गैस असी घटते रखना है, नहीं तो जिहड़े असी मसाले पाए वह सड़ जाएंगे। तो इन चंगी तरह मिक्स कर लेना अदरक दे विच। एक चमचे तो घट असी पावांगे लाल मिर्च पाउडर, तो डेढ़ चमचा असी इहदे विच पावांगे लूण का, तो पा के असी चंगी तरह मिक्स कर लेना है। एक तो दो मिनट तक असी इहनूं फिर सेक लवावांगे, तो उस तो बाद गैस बंद कर देंगे, तो चार बन के तैयार हो जाऊ साडा। एक तो दो मिनट हो गए सानू भुंनदिआं नूं फिर दोबारा तो, ते हुण असी गैस बंद कर दिंदे आ ते इहनूं ठंडा होण देवांगे। उस तो बाद असी इहनूं किसी भी कच्च दे जां चीनी दे मर्तबन विच पा के रखना, ते इहनूं बिल्कुल भी पानी वाला हाथ नहीं लाउणा, ना ही कोई आटे वाले हाथ लाउणे आ, तो फिर अचार कदे भी खराब नहीं हुंदा जे असी इहनां नूं साफ हत्थां नाल कढ़ांगे। तां अचार कढ़न समय सानूं चमचे दी जां किसी भी चिमटे दी वरतों करनी चाहीदी है, तो उहनूं चंगी तरह सुक्का कर लेना, पानी नहीं बिल्कुल भी लगा होना चाहीदा। जदों अचार ठंडा हो गया उस तो बाद असी इहनूं पावांगे मर्तबान च। अचार तां तुसीं पहलां भी काफ़ी बारी बनाया होगा अदरक दा, पर इस तरह जरूर ट्राई करिओ। अचार ठंडा हो गया ते हुण असी इहनूं मर्तबान च पावांगे। तैयार है, तो जे असी चार नूं इस तरह कट के कच्चा ही पावांगे तो सानूं एक दो दिन वेट करना पवेगा, उस तो बाद बनता है चार खाने वास्ते। तो चार असी नाल दी नाल खा सकते जिहड़ा असी भुन के बनाउणे आ अदरक दा, तो तुसीं भी अपने घर विच जरूर ट्राई करिओ। जे वीडियो वधिया लगी तो अगे जरूर शेयर कर दिया करो। वीडियो नूं लास्ट तक वेखण लई तुहाडा बहुत बहुत धन्यवाद। अज की वीडियो थोड़ा किस तरह की लगी सानूं कमेंट करके जरूर दस्यो। वीडियो वधिया लगी तो अगे जरूर शेयर कर दिया करो। जिहड़े मेरे चैनल पर पहली बार आए हो प्लीज़ मेरे चैनल को सबसक्राइब कर लेना, ते नाल ही बेल आइकन के बटन पर भी क्लिक कर लेना, ताकि मेरी आने वाली हर वीडियो का नोटिफिकेशन तुम्हें सब तो पहला मिल सके। मिलते किसी दूसरी वीडियो में कुछ नवा लैके। सत श्री अकाल।